ਜਾਵੇ। ਬੜਾ ਵਧੀਆ ਮੁਕਾਬਲਾ ਬਲਜੀਤ ਡੇਰਾ ਬਾਬਾ ਨਾਨਕ ਦੇ ਅਨਿਲ ਕੋਟ ਭਲਵਾਲ ਹੈ। ਵਾਕਈ ਮੈਦਾਨ ਦੇ ਵਿੱਚ ਦਰਸ਼ਕ ਪਟਾਕੇ ਪੈਂਦੇ ਆ, ਪਰ ਇੱਧਰ ਬਹੁਤ ਰਸ਼ ਹੈ। ਬੈਠੇ ਜਿਹੜੇ ਪਹਿਲਵਾਨ ਦੀਆਂ ਕੁਸ਼ਤੀਆਂ ਹੋ ਗਈਆਂ, ਜਿਹੜੇ ਪਹਿਲਵਾਨ ਦੀਆਂ ਕੁਸ਼ਤੀਆਂ ਹੋ ਗਈਆਂ, ਪੈਰ ਦੇ ਥੱਲੇ ਬੇਨਤੀ ਹੈ। ਚਲੋ ਚਲੋ ਉਧਰ, ਬੜਾ ਸਿਰੇ ਦਾ ਮੁਕਾਬਲਾ ਮੈਦਾਨ ਦੇ ਵਿੱਚ ਐਨਾ ਗੱਭਰੂਆਂ ਦੇ ਦਰਮਿਆਨ ਹੈ। ਕਹਿੰਦਾ ਬਦਲ ਗੁੰਦ ਮੇ ਹਿੱਕਾਂ ਵਿੱਚ ਜਾਣ ਅੰਨੀ, ਉਹ ਲਸ਼ਕਰ ਪਿੰਡੇ ਜੋ ਤਿੱਖੀ ਤਲਵਾਰ ਲੱਕੋ, ਦਿਨ ਰਾਤ ਉਸਤਾਦਾਂ ਨੇ ਇੰਜ ਚੰਡੇ ਜਿਵੇਂ ਲੋਹੇ ਨੂੰ ਚੰਡੇ ਕੋਈ ਲਹਾਰ ਲੱਕੋ, ਉਹ ਥਾਪੀ ਮਾਰ ਕੇ ਯੋਧੇ ਇੰਜ ਭਿਰਦੇ ਜਿਵੇਂ ਭਿਰਦੇ ਨੇ ਸ਼ੇਰ ਖੂਖਾਰ ਲੱਕੋ, ਅਮਰ ਜੋਰ ਉਸ ਮਲ ਨੇ ਕੀ ਜਿਤਨਾ ਜਿਹੜਾ ਪਿੜ ਤੋਂ ਬਾਹਰ ਹੀ ਮਨ ਜੇ ਹਾਰ ਲੱਕੋ, ਜਿਹੜਾ ਪਿੜ ਤੋਂ ਬਾਹਰ ਹੀ ਮਨ ਜੇ ਹਾਰ ਲੱਕੋ, ਜਿਹਨੇ ਪਿੜ ਦੇ ਬਾਹਰ ਹੀ ਹਾਰ ਮੰਨ ਲਈ ਉਹਨੇ ਫਿਰ ਖਾੜੇ ਦੇ ਵਿੱਚ ਕੀ ਲੜਨਾ। ਲੜਿਆ ਕਰੋ, ਕੁਸ਼ਤੀ ਦਿਖਾਇਆ ਕਰੋ। ਵਾਹਿਗੁਰੂ ਅਨਿਲ ਪਹਿਲਵਾਨ, ਸਾਡੇ ਡਿਸਟ੍ਰਿਕਟ ਰਿਆਸੀ ਦਾ ਉਭਰਦਾ ਹੋਇਆ ਸਟਾਰ ਹੈ। ਵਾਕਈ ਬਿਲਕੁਲ ਨਵੀਂ ਉਮਰ ਦੇ ਬਲਜੀਤ ਪਹਿਲਵਾਨ, ਡੇਰਾ ਬਾਬਾ ਨਾਨਕ ਪੰਜਾਬ ਦੀ ਧਰਤੀ। ਅਨਿਲ ਟੋਲੀ ਟੋਲੀ ਭਾਈ ਕਿੱਧਰ ਗਿਆ ਮੰਗੂ? ਭਾਈ ਮਦਨ ਦੇ ਜਰਨੇਲ ਨੇ ਕਿਹਾ ਕਿ ਅਸੀਂ ਹਾਂ ਦੋਵੇਂ ਰਿਆਸੀ ਦੇ, ਇੱਕ ਨੂੰ ਯੁਵਰਾਜ ਨਾਲ ਘੜਾ ਦਿਓ, ਇੱਕ ਨੂੰ ਮਾਮ ਨਾਲ। ਲਾਸਟ ਉਹਨਾਂ ਨੇ ਇਹ ਦੱਸਿਆ ਕਿ ਅਸੀਂ ਦੋਵੇਂ ਬੰਦੇ ਰਿਆਸੀ ਦੇ ਆ, ਇੱਕ ਨੂੰ ਯੁਵਰਾਜ ਨਾਲ ਘੜਾ ਦਿਓ, ਇੱਕ ਨੂੰ ਮਾਮ ਨਾਲ। ਭਾਈ ਦੇਖੋ, ਅਸੀਂ ਵੀ ਕੁਸ਼ਤੀ ਦੇਖਣ ਆਉਂਦੇ ਹਾਂ, ਅਸੀਂ ਵੀ ਛਿੰਝਾਂ ਦੇ ਸ਼ੌਕੀਨ ਹੈ ਸਾਰੇ ਦਰਸ਼ਕ। ਹੁਣ ਜੇ ਜਰਨੈਲ ਦੀ ਤੇ ਮਦਨ ਦੀ ਕਰਾ ਦਈਏ, ਦੋਨੇ ਪਹਿਲਵਾਨ ਰਿਆਸੀ ਦੇ ਹੈ, ਫਿਰ ਬਾਹਰੋਂ ਲੋਕੀ ਗੱਲਾਂ ਨਹੀਂ ਕਰਦੇ ਕਿ ਕੁਸ਼ਤੀਆਂ ਮਿਲ ਕੇ ਹੁੰਦੀਆਂ। ਯਾਰ ਤੁਸੀਂ ਆਪ ਸੋਚੋ, ਦੋਨੇ ਮਨ ਰਿਆਸੀ ਦੇ, ਜੇ ਇੱਕ ਖਾੜ ਦੇ ਵਿੱਚ ਜੋਰ ਵੀ ਕੀਤੇ ਹੈ ਤਾਂ ਉਹ ਕੁਸ਼ਤੀ ਨਹੀਂ ਬਣਦੀ। ਇਸ ਕੱਲ ਪਹਿਲਵਾਨੋਂ ਨੋਟ ਕਰੋ, ਕੁਸ਼ਤੀ ਦਿਖਾਇਆ ਕਰੋ। ਤੇ ਦੇਖੋ ਬਈ, ਮੈਂ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ, ਕੋਈ ਕੁਛ ਨਹੀਂ, ਮੇਰੇ ਲਈ ਚੈਨ ਵੀ ਮਦਨ ਯੁਵਰਾਜ, ਅਸੀਂ ਸਾਰੇ ਸਿੰਘਾਂ ਦੇਖਣੇ ਬਈ ਜੰਮੂ ਅਖਨੂਰ ਉਧਮਪੁਰ, ਕਿਉਂਕਿ ਅਸੀਂ ਵੀ ਕੁਸ਼ਤੀ ਵਧੀਆ ਦੇਖਣਾ ਚਾਹੁੰਦੇ ਹਾਂ। ਜੇ ਸਾਡੇ ਰਿਆਸੀ ਵਾਲੇ ਪੁੱਜੇ ਤਾਂ ਜੰਮੂ ਵਾਲੇ ਨਾਲ ਕੁਸ਼ਤੀ ਕਰਾਓ। ਦਰਸ਼ਕੋ ਸਹੀ ਗੱਲ ਹੈ ਬਈ, ਤਾੜੀ ਤੂੜੀ ਲਾਓ ਇੱਕ ਵਾਰੀ ਜ਼ੋਰਦਾਰ, ਕਿਉਂਕਿ ਜੇ ਕਮੇਟੀਆਂ ਇੰਨਾ ਪੈਸਾ ਖਰਚਦੀਆਂ, 5-6 ਲੱਖ ਦਾ ਦੰਗਲ ਹੁੰਦਾ ਤਾਂ ਪਹਿਲਵਾਨੋ ਤੁਹਾਡੀ ਇੱਕ ਗੱਲ ਤੇ ਦੇਖੋ, ਉਹਨਾਂ ਦਾ ਵੀ ਮਨ ਆਉਂਦਾ ਪੂਰੇ ਸਾਲ ਦਾ ਭਾਈ। ਯੁਵਰਾਜ ਦੀ ਕੁਸ਼ਤੀ ਅਸੀਂ ਦੇਖਣੀ ਹੈ ਚੈਨ ਦੇ ਨਾਲ ਜਾਂ ਮਦਨ ਦੇ ਨਾਲ। ਤਿਆਰ ਹੋ ਜਾਓ ਮਨ, ਤਿਆਰ ਹੋ ਜਾਓ, ਤਿਆਰ। ਬਾਕੀ ਪਹਿਲਵਾਨੋ, ਕਮੇਟੀ ਜੋ ਕਹੇਗੀ ਮੈਂ ਅਨਾਊਂਸ ਕਰਨਾ, ਪਹਿਲਵਾਨਾਂ ਨੇ ਲੜਨਾ ਪੈਣਾ। ਨਹੀਂ ਬੱਬਾ ਦੇ ਮੈਂ ਸਾਰੇ ਆਓ ਜਲਦੀ ਤਿਆਰ ਹੋ ਗਏ। ਔਰ ਅਨਿਲ ਪਹਿਲਵਾਨ ਰਿਆਸੀ ਵਾਲਾ ਜਿਹੜਾ ਮੈਦਾਨ ਦੇ ਵਿੱਚ ਉੱਪਰਲੇ ਪਾਸੇ ਹੈ, ਤਰਿਆ ਹੋਇਆ ਤੌਰ ਤੇ ਬੇਟਾ ਕੁੰਡਾ ਪਾਇਆ ਹੋਇਆ ਮੈਦਾਨ ਦੇ ਵਿੱਚ, ਇਸ ਦਾ ਨਾਂ ਹੈ ਕੁੰਡਾ, ਜਿਹਨੂੰ ਪਿਆ ਹੁੰਦਾ ਉਹਨੂੰ ਪਤਾ ਹੈ। ਕਹਿੰਦਾ ਜਦ ਹੋਵੇ ਚੋਰ ਬਰਾਬਰ ਦੀ, ਫਿਰ ਖਹਿੜਾ ਔਖਾ ਛੁੱਟਦਾ ਏ, ਫਸ ਜਾਂਦੀ ਜਾਨ ਸ਼ਿਕੰਜੇ ਵਿੱਚ ਜਦੋਂ ਤਿੱਤ ਬਗਾਨਾ ਕੁੱਟਦਾ ਏ। ਉਹ ਕੀ ਪਸੋ ਕਰਨੇ ਔਖਾ, ਖਾਣੀ ਮਾਰ ਵੀ ਮਲ ਵੀ
ਜਦ ਹੋਵੇ ਧੋਣ ਤੇ ਗੋਡਾ ਯਾਰੇ, ਫਿਰ ਲੱਗੇ ਜਿਵੇਂ ਤਲਵਾਰ ਚੜਦੀ। ਵਾਕਈ ਧੋਣ ਤੇ ਗੋਡਾ ਮਿੱਤਰੋ ਤੰਗ ਕਰਦਾ। ਉਧਰ ਅਨਿਲ ਪਹਿਲਵਾਨ ਮੈਦਾਨ ਦੇ ਵਿੱਚ ਸਵਾਰੀ ਪਾਈ ਹੋਈ ਹੈ। ਉਹ ਬੱਲੇ ਬੱਲੇ ਤਾੜੀਆਂ ਲਾਵੇ, ਉਹ ਤਾੜੀ ਲਾ ਤੇਰੀ ਜੋਰ ਯਾਰੇ, ਨਹੀਂ ਉਹ ਰਿਸ਼ਾ। ਚਲੋ ਚਲੋ ਚਲੋ, ਬਿਲਕੁਲ ਸਾਫ ਕੁਸ਼ਤੀ ਲੜੀ ਹੈ, ਬਿਲਕੁਲ ਸਾਫ ਚਾਰੇ ਖਾਨੇ। ਉਹ ਜੋਰ ਲਾ ਦੇ, ਤਾੜੀ ਲਾ ਦੇ ਤੇਰੀ, ਉਹ ਬੱਲੇ ਕੁਸ਼ਤੀ ਦੇ ਵਿੱਚ ਜਿੱਤ ਕਰਾ।